ਨਸ਼ਾ ਵੇਚਣ ਵਾਲੇ ਲੋਕਾਂ ਖਿਲਾਫ ਕਾਰਵਾਈ ਲਈ ਗਈ ਥਾਣਾ ਬਲਟੋਹਾ ਦੀ ਪੁਲਿਸ ਉੱਪਰ ਨਸ਼ਾ ਵੇਚਣ ਵਾਲਿਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਦਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦੀ ਪਹਿਚਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ SHO ਥਾਣਾ ਬਲਟੋਹਾ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਲਟੋਹਾ ਦਾ ਗੁਰਸਾਹਿਬ ਸਿੰਘ ਨਸ਼ੇ ਦਾ ਕਾਰੋਬਾਰ ਕਰਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਗੁਰਸਾਹਿਬ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਗੁਰਸਾਹਿਬ ਸਿੰਘ ਘਰ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਸ ਦੀ ਪੁਲਿਸ ਨਾਲ ਤਕਰਾਰ ਹੋ ਗਈ, ਜਿਸ ਤੋਂ ਬਾਅਦ ਗੁਰਸਾਹਿਬ ਸਿੰਘ ਅਤੇ ਉਸਦੇ ਨਾਲ ਲੱਗਦੇ ਕੁਝ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰ ਨਾਲ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਬਾਅਦ ਵਿੱਚ ਗੁਰਸਾਹਿਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਸ ਮਾਮਲੇ ਵਿੱਚ ਬਾਕੀ ਲੋਕਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਮੇਰਾ ਨਾਮ ਜੀ ਕੋਂਸਟੇਬਲ ਨਿਰਮਲ ਸਿੰਘ। ਜਦੋਂ ਸ਼ਾਮ ਨੂੰ ਨਸ਼ਿਆਂ ਸੰਬੰਧੀ ਜਿਹੜੀ ਸਾਡੀ ਰੇਡ ਹੁੰਦੀ ਹੈ, ਰੇਡ ਕਰਨ ਗਏ ਅਤੇ ਜਿਹੜਾ ਸ਼ਵੰਕਰ ਆ ਇਹਦੇ 'ਤੇ ਇਹਦੇ ਕੋਲ ਸਮਾਨ ਸੀ, ਇਹ ਸੁਣ ਕੇ ਭੱਜਣ ਲੱਗਾ ਅਤੇ ਬਿਲਾਵੇ ਨੇ ਇਹਨੂੰ ਕਾਬੂ ਕਰ ਲਿਆ। ਇਹਦੇ ਘਰ ਦੇ ਲਾਗੇ ਇਹਦੇ ਕੋਲ ਇੱਕ ਚਾਕੂ ਨੁਮਾ ਹਥਿਆਰ ਸੀ, ਇਹਨੇ ਸਾਡੇ ਦੋਵਾਂ ਦੇ ਉਹਦੇ ਨਾਲ ਵਾਰ ਕੀਤਾ, ਮਿਰਾਜ ਦੇ ਵੀ ਜਿਹਦੇ ਨਾਲ ਜ਼ਖਮੀ ਹੋ ਗਿਆ, ਮੇਰੇ ਪੇਟ 'ਚ ਲੱਗਾ ਥੋੜ੍ਹਾ ਜਿਹਾ। ਇਹਦੇ ਕੋਲ ਨਸ਼ੀਲੇ ਪਦਾਰਥ, ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਵਗੈਰਾ। ਇਹ ਜਿਹੜੇ ਈਵਨਿੰਗ ਰੇਡ ਅਸੀਂ ਕੱਲ੍ਹ ਕਰ ਰਹੇ ਸੀਗੇ ਸ਼ਾਮ ਨੂੰ ਨਸ਼ਿਆਂ ਦੇ ਖਿਲਾਫ, ਅਤੇ ਜਦੋਂ ਸਰਚ ਕਰਦੇ ਕਰਦੇ ਗੁਰਸਾਹਿਬ ਸਿੰਘ ਏਲੀਅਸ ਗੋਰਾ ਪੁੱਤਰ ਜੰਗਾ ਸਿੰਘ ਇਹਨਾਂ ਦੇ ਘਰ ਦੇ ਨਜ਼ਦੀਕ ਪਹੁੰਚੇ, ਇਹਦੀ ਪਹਿਲਾਂ ਵੀ ਸ਼ਿਕਾਇਤ ਸੀਗੀ ਹੈਰੋਇਨ ਦੀ, ਛੋਟੀਆਂ ਛੋਟੀਆਂ ਕੁੜੀਆਂ ਜਿਹੜੀਆਂ ਸੀ ਇਹ ਸੇਲ ਕਰਦਾ ਸੀ ਤਸਕਰੀ ਦੀ ਬਹੁਤ ਜ਼ਿਆਦਾ। ਇੱਕ ਦੋ ਬੰਦੇ ਪਹਿਲਾਂ ਵੀ ਅਸੀਂ ਫੜੇ ਸੀਗੇ, ਉਹ ਵੀ ਕਹਿੰਦੇ ਸੀ ਅਸੀਂ ਇੱਥੋਂ ਲੈ ਕੇ ਆਏ ਹਾਂ। ਅਤੇ ਜਦੋਂ ਇਹਦੇ ਘਰ ਦੀ ਸਰਚ ਕਰਨ ਵਾਸਤੇ ਪੁਲਿਸ ਪਾਰਟੀ ਉੱਧਰ ਨੂੰ ਮੁੜੀ ਅਤੇ ਇਹਨੇ ਦਰਵਾਜ਼ੇ ਦੇ ਵਿੱਚੋਂ ਪਿਛਾਂਹ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੁਲਾਜ਼ਮ ਇਹਦੇ ਮਗਰ ਭੱਜੇ, ਉੱਥੇ ਇਹਨਾਂ ਦਾ ਆਪਸ 'ਚ ਤਕਰਾਰ ਹੋ ਗਿਆ ਮੁਲਾਜ਼ਮਾਂ ਨਾਲ। ਜਦੋਂ ਮੁਲਾਜ਼ਮਾਂ ਨਾਲ ਤਕਰਾਰ ਹੋ ਗਿਆ ਅਤੇ ਸਾਡੇ ਇੱਕ ਕੌਂਸਟੇਬਲ ਵਿਰਾਜ ਸਿੰਘ ਆ ਉਹਨੇ ਇਹਨੂੰ ਜੱਫਾ ਮਾਰਿਆ ਸੀ, ਇਹਨੇ ਕੈਂਚੀ ਮੰਜੇ 'ਤੇ ਪਈ ਸੀ ਫੜ ਕੇ ਅਤੇ ਕੈਂਚੀ ਉਹਦੀ ਬਾਂਹ ਦੇ ਉੱਤੇ ਮਾਰਤੀ ਅਤੇ ਇਸੇ ਤਕਰਾਰ 'ਚ ਬਾਕੀ ਫੋਰਸ ਬਾਕੀ ਵਿਅਕਤੀਆਂ ਦੇ ਮਗਰ ਦੌੜ ਗਈ ਅਤੇ ਇਹ ਉਹ ਇਸ ਮੁਲਾਜ਼ਮ ਤੋਂ ਛੁੱਟ ਕੇ ਅਤੇ ਕੰਧ ਟੱਪ ਕੇ ਪਿੱਛੋਂ ਦੀ ਛਾਲ ਮਾਰ ਕੇ ਕੋਠੇ ਤੋਂ ਅਤੇ ਭੱਜ ਗਿਆ ਸੀ। ਅਤੇ ਇਹਦੇ ਸੰਬੰਧ 'ਚ ਅਸੀਂ ਜਿਹੜਾ ਵਾ ਉਹ ਮੁਕੱਦਮਾ ਨੰਬਰ 88/19 307/353/186 506/323/148/149 IPC ਥਾਣਾ ਬਲਟੋਹਾ ਵਿੱਚ ਦਰਜ ਕੀਤਾ ਦੋਸ਼ੀਆਂ ਦੇ ਖਿਲਾਫ, ਜਿਹਦੇ ਵਿੱਚ ਇਹ ਗੁਰਸਾਹਿਬ ਸਿੰਘ ਅਤੇ ਇਹਦਾ ਭਰਾ ਪ੍ਰਿਤਪਾਲ ਸਿੰਘ ਆ, ਇੱਕ ਇਹਦੀ ਮਦਰ ਆ ਅਤੇ ਇੱਕ ਇਹਦੀ ਭਰਜਾਈ ਅਤੇ ਇੱਕ ਅਨਨੋਨ ਬੰਦਾ ਵਾ। ਅਤੇ ਅੱਜ ਸੁਬਾਹ ਜਦੋਂ ਅਸੀਂ ਇਸ ਮੁਕੱਦਮੇ ਦੇ ਸੰਬੰਧ ਵਿੱਚ ਰੇਡ ਕੀਤਾ ਅਤੇ ਜਿਹੜਾ ਗੁਰਸਾਹਿਬ ਸਿੰਘ ਆ ਇਹ ਮਾਤਾ ਰਾਣੀ ਦੇ ਲਾਗੇ ਸਾਨੂੰ ਪਤਾ ਲੱਗਾ ਵੀ ਆ ਹੁਣ ਫਿਰ ਹੈਰੋਇਨ ਦੀ ਤਸਕਰੀ ਕਰ ਰਿਹਾ ਵਾ, ਅਤੇ ਜਦੋਂ ਅਸੀਂ ਇੱਥੇ ਰੇਡ ਕੀਤਾ ਅਤੇ ਇਹ ਭੱਜਣ ਲੱਗਾ ਸੀਗਾ ਅਤੇ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਅਤੇ ਇਹਨੂੰ ਫੜ ਲਿਆ ਅਤੇ ਇਹਦੇ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਹਦੇ ਸੰਬੰਧ 'ਚ ਅਸੀਂ ਵੱਖਰਾ ਮੁਕੱਦਮਾ ਦਰਜ ਕਰ ਰਹੇ। ਇਹਦੇ 'ਚ ਇੱਕ ਇਹਦਾ ਬ੍ਰਦਰ ਆ ਪ੍ਰਿਤਪਾਲ ਸਿੰਘ, ਇੱਕ ਇਹਦੀ ਭਰਜਾਈ ਅਮਨਦੀਪ ਕੌਰ, ਇੱਕ ਮਦਰ ਆ ਇਹਦੀ ਜਿਹੜੀ ਲਲਕਾਰਾ ਜਿਹਨੇ ਮਾਰਿਆ ਵੀ ਪੁਲਿਸ ਨੂੰ ਫੜੋ, ਅਤੇ ਇੱਕ ਅਨਨੋਨ ਬੰਦਾ ਸੀ ਇਹਦੇ ਨਾਲ। ਉੱਧਰ ਇਸ ਸੰਬੰਧੀ ਜਦੋਂ ਫੜੇ ਗਏ ਗੁਰਸਾਹਿਬ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਇਹਨਾਂ ਮਤਲਬ ਆ ਕੇ ਜੱਫਾ ਭਰਿਆ, ਮੈਂ ਤਾਂ ਐਵੇਂ ਵੀਰੇ ਨਾਮ ਵੇਚਦਾ, ਮੈਂ ਤਾਂ ਗਾਹੋਂ ਕਿਸੇ ਤੋਂ ਲੈ ਕੇ ਦਿੰਦਾ ਨਾ ਕਿ 100-200 ਮੈਂ ਕਿਲੋ ਆਉਣਾ ਕਰਕੇ ਕੀ ਕਰਨਾ, ਇੰਨੇ ਮੇਰੇ ਤੋਂ ਪੈਸੇ ਹੁੰਦੇ ਤਾਂ ਮੈਂ ਇੱਥੇ ਹੀ ਹੁੰਦਾ। ਮੈਨੂੰ ਵੀਰੇ ਪਤਾ ਨਹੀਂ ਮੇਰੀ ਲੜਾਈ ਹੋਈ ਆ ਮੇਰੇ ਕੋਲ 5-6 ਦਿਨ ਹੋ ਗਏ ਸਿਵਲ ਵਰਦੀ ਜੀ, ਮੈਨੂੰ ਪਤਾ ਨਹੀਂ ਲੱਗਾ ਵੀਰੇ ਸਮੈਕ ਵੇਚ ਮੇਰੀ ਮਾਂ ਜਾ ਕੇ ਵੇਖੋ ਮਾਤੜਾ, ਮੈਂ ਨਿੱਕੇ ਹੁੰਦਿਆਂ ਦਾ ਮੇਰਾ ਪਿਓ ਮਰ ਗਿਆ, ਜੇ ਅਸੀਂ ਸਮਗਲਿੰਗ ਕਰਨੀ ਆ ਹੈਂ ਉਹਨਾਂ ਦੇ ਉੱਦਾਂ ਹਾਰਟ ਦੀ ਬਿਮਾਰੀ ਆ, ਮੇਰੇ ਤਾਂ ਵੀਰ ਜੀ ਮੇਰੇ ਤੋਂ ਕੁਛ ਫੜਿਆ ਗਿਆ ਹੋਵੇ ਨਾ ਆਦਮੀ ਆ, ਆਪਣੇ ਤੋਂ ਕੁਛ ਨਹੀਂ ਫੜਿਆ ਗਿਆ। ਹਾਂਜੀ ਬਸ ਇਸੇ ਕਰਕੇ ਕਰਤਾ ਕਿ ਮੁਲਾਜ਼ਮ ਗਲ ਪੈ ਗਿਆ, ਮੈਨੂੰ ਵੀਰੇ ਪਤਾ ਨਹੀਂ ਸਿਵਲ ਵਰਦੀ 'ਚ ਹੈਗੇ